ਜੇ ਢਿੱਡ ਨਾ ਹੋਵੇ ਅੰਨ ਤੇ ਕਿੱਥੇ ਲੱਗਦਾ ਮਨ। ਉਹਦੇ ਦਇਆ ਤੋਂ ਪਸ਼ਮਾਨੀ ਤੋਂ ਰੱਜ ਕੇ ਨਿਕਲੇ ਆ, ਚੱਲਦੇ ਹਾਂ ਫਿਰ ਅੱਜ ਬਾਈਕੂ। ਮੈਨੂੰ ਕਹੂ ਲਾਈਟ ਹੱਟ ਗਏ, ਹੈੱਡ ਲਾਈਟ ਇੱਦਾਂ ਕੁਝ। ਆਪਣਾ ਖਾਣਾ ਪਾਣੀ ਹੋ ਗਿਆ, ਹੁਣ ਗੱਡੀ ਨੂੰ ਵੀ ਥੋੜ੍ਹਾ ਪਿਆ ਦੀਏ, ਫਿਰ ਤੁਰਨਾ ਇਹਨੇ। ਅੱਜ ਆਪਾਂ ਚੱਲੇ ਹਾਂ ਮਨਕਾਊ ਲਾਈਟ ਹਾਊਸ ਦੇਖਣ। ਮਨਕਾਊ ਹੈੱਡ ਲਾਈਟ ਹਾਊਸ ਨੂੰ ਕਹਿੰਦੇ ਆ, ਅਤੇ ਉੱਥੋਂ ਦਾ 1800 ਸਮਥਿੰਗ 'ਚ ਬਣਿਆ, 140 ਸਾਲ ਦੇ ਕਰੀਬ ਪੁਰਾਣਾ ਵਾ, ਪਰ 1900 ਦੇ ਵਿੱਚ ਬੰਦ ਹੋ ਗਿਆ ਸੀ, 67 ਦੇ ਵਿੱਚ ਆਈ ਥਿੰਕ ਇੱਥੇ ਕਿਵੇਂ। ਅਤੇ ਉਦੋਂ ਦਾ 1983 ਦੇ ਵਿੱਚ ਇੱਕ ਵਾਰੀ ਖਤਰਾ ਵੀ ਪੈਦਾ ਹੋ ਗਿਆ ਸੀ ਕਿ ਰੁੜ ਜੂਗਾ ਪਾਣੀ ਦੇ ਨਾਲ। ਫਿਰ 1999 ਦੇ ਵਿੱਚ ਜਿਹੜੇ ਲੋਕ ਸੀ ਆਲੇ ਦੁਆਲੇ ਦੇ, ਜਿਹੜਾ ਇੱਕ ਕਲੱਬ ਹੈ ਮੈਨੂੰ ਨਾਂ ਨਹੀਂ ਉਹਦਾ ਯਾਦ, ਉਹਨਾਂ ਨੇ ਦੁਬਾਰਾ ਉਹਨੂੰ ਰੀਬਿਲਡ ਕੀਤਾ, ਸਾਫ਼ ਸਫ਼ਾਈ ਕੀਤੀ ਸਾਰੀ। 2007 'ਚ ਉਦੋਂ ਵੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਹੈਲਨ ਕਲਾਰਕ ਨੇ ਇਹਦਾ ਫਿਰ ਦੁਬਾਰਾ ਉਦਘਾਟਨ ਕੀਤਾ ਸੀ। ਹੁਣ ਕਾਫ਼ੀ ਵਧੀਆ ਉਹਦੀ ਦੇਖ ਰੇਖ ਹੁੰਦੀ ਆ, ਵਧੀਆ ਜਗ੍ਹਾ ਵੇਖਣ ਵਾਲੀ। ਆਪਾਂ ਤੁਹਾਨੂੰ ਦਿਖਾਵਾਂਗੇ ਸਾਰੀ ਆਲੇ ਦੁਆਲੇ, ਥੋੜ੍ਹਾ ਲੇਟ ਹੈ ਆਪਾਂ, ਟਾਈਮ ਥੋੜ੍ਹਾ, ਪਰ ਕੋਸ਼ਿਸ਼ ਕਰਾਂਗੇ ਸਾਰੀ ਕਵਰ ਕਰਕੇ ਤੁਹਾਨੂੰ ਦਿਖਾਈਏ। ਵਾਈਕੂ ਟਾਊਨ ਤੋਂ ਵੀ 30 ਕਿਲੋਮੀਟਰ ਅੱਗੇ ਆ, ਬੜੀ ਸੋਹਣੀ ਡਰਾਈਵ ਆ। ਇੱਥੇ ਬਹੁਤਾ ਆ ਨਹੀਂ ਰਿਹਾ ਲਾਈਟ ਕਰਕੇ, ਪਰ ਆਲੇ ਦੁਆਲੇ ਵੀ ਸੀਨਰੀ ਬਹੁਤ ਵਧੀਆ ਜੇ ਕਿਸੇ ਨੇ ਵੇਖਣੀ ਹੋਵੇ ਤਾਂ। ਨਹੀਂ ਤਾਂ ਧਿਆਨ ਨਾਲ ਗੱਡੀ ਚਲਾਓ, ਬਹੁਤਾ ਮੱਛਰ ਦੀ ਲੋੜ ਨਹੀਂ। ਵਿਊ ਬਹੁਤ ਸੋਹਣੇ ਸੋਹਣੇ ਰਾਹ 'ਚ। ਗਾਂ ਚੈੱਕ ਕਰੋ ਤੁਸੀਂ ਕਿੱਥੇ ਜੁੜ ਕੇ ਪੈ ਰਹੀ। ਮੈਨੂੰ ਚੈਲੰਜ ਦਿੱਤਾ ਗਿਆ ਉਹ ਰੋਡ ਦੇ ਅੱਪ ਤੱਕ ਭੱਜ ਕੇ ਜਾਣਾ, ਉਹ ਜਿੱਥੇ ਗੱਡੀ ਲੱਗੀ ਹੈ ਨਾ ਉੱਥੋਂ ਤੱਕ ਜਾਣਾ ਨਾ। $50 ਮਿਲਣੇ ਮੈਨੂੰ ਉੱਥੇ ਤੱਕ। ਹਮਾਰ ਬਿੰਦਰਾ ਜੀ $50 ਕੇ ਲਈ ਰਨਿੰਗ ਕਰਤਾ ਹੁਆ। $50 ਦੀ ਕਿੰਨੀ ਕੀਮਤ ਹੈ। ਹਮਾਰ ਬਿੰਦਰਾ ਜੀ ਤਾਂ ਪਹੁੰਚ ਗਏ। ਲਾਈਟ ਹਾਊਸ ਆ ਪਰ ਜਿਹੜੇ ਆ ਖੱਡੇ ਥੋੜੇ ਆ, ਪੂਰਾ ਇੰਡੀਆ ਦੀ ਯਾਦ ਦਵਾਉਣਗੇ। ਥੋੜਾ ਜਿਹਾ ਪੀਸ ਆ ਹੁਣ ਇਹ ਫਿਰ ਨਹੀਂ ਬਣਾਇਆ ਹੋਣਾ। ਗੱਡੀ ਪੂਰੀ ਖੜਨ ਖੜਨ ਕਰਦੀ ਹੈ। ਲੈ ਤੂੰ ਆ ਜਾ ਥੱਲੇ। ਆਪਾਂ ਪਹੁੰਚ ਗਏ। ਪੌੜੀਆਂ ਬਹੁਤ ਜ਼ਿਆਦਾ, ਰਾਜ ਟੇਬਲ ਲਾਇਆ ਉਹਨਾਂ ਨੇ ਬਹਿਣ ਨੂੰ ਕਿ ਮੇਰੇ ਥੱਕ ਜਾਂਦੇ ਆ, ਬਹੁਤ ਸਲੋ ਸਲੋ ਆ ਰਹੇ ਦੋਵੇਂ ਜਣੇ। ਸਾਫ਼ ਸਫ਼ਾਈ ਹੋ ਕੇ ਲਾਊਟ ਹਾਊਸ 'ਤੇ, ਲਾਊਟ ਹਾਊਸ ਕਹੀ ਜਾਣਾ, ਲਾਈਟ ਹਾਊਸ 'ਤੇ ਪਹੁੰਚੇ ਆ। ਮੱਛਰ ਹੈਗਾ ਬਾਕੀ ਅੱਗੇ ਵੇਖਣੇ, ਵਿਊ ਦਿਖਾਉਣਾ ਤੁਹਾਨੂੰ, ਦੇਖੋ ਕਿੱਡਾ ਘੈਂਟ ਹੈ ਆਲੇ ਦੁਆਲੇ। ਇਹਦੇ ਉੱਤੇ ਵੀ ਜਾਵਾਂਗੇ ਲਾਈਟ ਜੀ ਦੇ ਆਪਾਂ। ਧੁੱਪ ਕਰਕੇ ਸ਼ਾਇਦ ਪੂਰਾ ਨਾ ਆਵੇ ਉੱਧਰੋਂ ਇੱਥੋਂ ਚੱਕ। ਚੀਜ਼ ਵੇਖ ਲਓ, ਇੱਥੇ ਟਾਵਲ ਵਿਕਦੇ ਹੁੰਦੇ ਆਹ ਵਾਲੇ, ਇੱਥੇ ਖਤਮ ਹੋਏ ਇਸ ਟਾਈਮ। ਇਹਨਾਂ ਨੇ ਲਾਏ $15 ਦਾ ਮੁੱਲ ਹੈ, ਜੇ ਤੁਹਾਡੇ ਕੋਲ ਕੈਸ਼ ਹੈਗਾ ਤਾਂ ਲਿਖਿਆ ਨੇ ਓਨੈਸਟੀ ਬਾਕਸ, ਪੈਸੇ ਪਾ ਕੇ ਲੈ ਜਾਓ ਨਾਲ, ਅਤੇ ਆਪਣੀ ਓਨੈਸਟੀ ਹੈ ਤੁਹਾਡੀ ਕੋਲ, ਉੱਦਾਂ ਚੁੱਕ ਕੇ ਭੱਜ ਸਕਦਾ, ਫਿਰ ਤਾਂ ਮਾੜੀ ਗੱਲ ਹੈ। ਪਰ ਉਹਨੇ ਬਾਕਸ ਲਾਇਆ, ਅਤੇ ਜੇ ਤੁਸੀਂ ਲੈਣਾ ਵਾ ਔਨਲਾਈਨ ਪੇਮੈਂਟ ਕਰਨੀ ਆ ਤਾਂ ਉਹਦੀ ਪੇਮੈਂਟ ਇੱਥੇ ਉਹਨਾਂ ਨੇ ਦਿੱਤੀ, ਬੈਂਕ ਡਿਟੇਲ, ਆਪਣਾ ਡਿਟੇਲ ਭਰ ਜਾਓ ਨਾਲ। ਮੁੰਡੇ ਸਾਡੇ ਨੇ ਨਾਲ ਆਪਣਾ ਨੰਬਰ ਲਿਖਿਆ, ਤਾਂ ਨਾਲ ਲਿਖਿਆ ਕਾਲ ਮੀ ਗਰਲਜ਼ ਓਨਲੀ। ਅਤੇ 1874 'ਚ ਇਹ ਬਣਿਆ ਸੀ, ਫਿਰ ਉਸ ਤੋਂ ਬਾਅਦ ਬੰਦ ਹੋ ਗਿਆ ਕਾਫ਼ੀ ਥੋੜ੍ਹੇ ਟਾਈਮ ਬਾਅਦ। ਫਿਰ ਇਸ ਨੂੰ 23 ਸਤੰਬਰ 2006 'ਚ ਜਿਹੜੀ ਉਦੋਂ ਦੀ ਪ੍ਰਾਈਮ ਮਿਨਿਸਟਰ ਸੀ ਹੈਲਨ ਕਲਾਰਕ, ਉਹਨੇ ਖੋਲਿਆ ਦੁਬਾਰਾ। ਚਲੋ ਅਭੀ ਉੱਪਰ ਚਲਤੇ ਹੈ।
देखते हैं क्या। और लाइट हाउस की लाइट जी है जी, मिशाल या लाइट या कुछ भी चलती सी, फिर शीशा जो अगर सिग्नल भेजते से जो दूर तो दिखती है सिग्नल तक ही भेजते। व्यू चेक करो माड़ा जहा, थले गड्डिया ला के उतों उत्ते तक तो उनके आना हों, वैसे तो सह चढ़ जाता बट आ जाइए। इस टाइम थोड़ी धुप जी है चंगा तरह दिखता। ओ सानू अल्लाह वेले आ गई तेरी याद वे, असा उस वेले छड़ती नमाज वे, साथों निभे ना मसीत दरवाज वे, रह गई हत्थां च कुरान दी किताब वे, साथों निभे ना मसीत दरवाज वे, रह गई हत्थां च कुरान दी किताब वे, सानू अल्लाह वेले आ गई तेरी याद वे, असा उस वेले छड़ती नमाज वे, वे असा उस वेले छड़ती नमाज वे। लंघे पानी वांगू दूर हो गयो सजड़ा वे, लंघे पानी वांगू दूर हो गयो सजड़ा वे, मुकना जावा किधरे हिजर तेरे विच रुख हो के, लंघे पानी वांगू तू खिली बहार जिहा, हो इकरार जिहा, दे जा सेका ठरी होई जिंद नू पौ दी तुप हो के, लंघे पानी वांगू दूर हो गए ओ सजना वे, लंघे पानी वांगू। ट्रिप दे वीडियो बने ना बने घर दीआं फोटो आने जरूरी है, तां ही रोटी मिलनी घरे जा के। ਸ਼ੋਰ 5 ਵਜੇ ਗੇਟ ਬੰਦ ਹੁੰਦੇ, ਉਸ ਤੋਂ ਪਹਿਲਾਂ ਭਾਜੋ, 5:45 ਹੋ ਗਏ। ਇੱਥੇ ਉਹ ਵੀ ਲੱਗਾ ਮੂੰਹ ਥੱਲੇ ਥੋੜਾ ਨੀਚੇ ਜਾਂ ਇੱਦਾਂ, ਇੱਥੋਂ ਤੋਂ ਔਕਲੈਂਡ ਜ਼ਿਆਦਾ ਦੂਰ ਨਹੀਂ ਆ, ਸਮੁੰਦਰੋਂ ਸਮੁੰਦਰੀ ਦੇਖਦਾ ਉਹ ਸਾਹਮਣੇ ਆ, ਬਟ ਘੁੰਮਦੇ ਘੁੰਮਦੇ 1 ਘੰਟਾ 35 ਮਿੰਟ ਦੀ ਡਰਾਈਵ ਪੈ ਜਾਂਦੀ ਏਅਰਪੋਰਟ ਤੋਂ। ਵੀਡੀਓ ਬਣਾਉਣ ਨੂੰ ਬੰਦੇ ਲੈ ਕੇ ਜਾਈਦੇ ਨਾਲ, ਚੌਕੇ ਕਰੋ ਐਂਡ ਤੇ ਇਹਨਾਂ ਨੂੰ ਖਵਾਉਣਾ ਵੀ ਪੈਂਦਾ ਨਾਲ।